भगवंत मान पंजाब विच रोजगार नू हलारा देने का यतन कर रहे हैं, जिस दे तहत सीएम मान जर्मनी पहुंचे जिथे उन्होंने कौमांतरी ट्रेड फेयर विच हिस्सा लिया। पंजाब दे विच रोजगार नू हुलारा देने लई जर्मनी गए सीएम भगवंत मान म्यूनिक शहर पहुंचे, जिथे सीएम साहब ने कौमांतरी ट्रेड फेयर विच हिस्सा लिया। इस मौके उन्हां वक्खो वक्ख देशां दीआं कंपनियां दे अधिकारियां नाल मुलाकात कर उन्हां नू पंजाब आउण दा सद्दा दित्ता। ਸਤਿ ਸ਼੍ਰੀ ਅਕਾਲ ਜੀ, ਇਸ ਵਕਤ ਅਸੀਂ ਮਿਊਨਿਕ ਦੇ ਵਿੱਚ ਜਿਹੜਾ ਟ੍ਰੇਡ ਫੇਅਰ ਹੈ, ਵਪਾਰ ਮੇਲਾ ਲੱਗਿਆ ਹੋਇਆ, ਉੱਥੇ ਆਏ ਹੋਏ ਹਾਂ। ਅੱਜ ਸਾਡੀਆਂ ਬਹੁਤ ਸਾਰੀਆਂ ਕੰਪਨੀਆਂ ਨਾਲ ਗੱਲ ਵੀ ਹੋਈ ਹੈ ਕਿ ਉਹਨਾਂ ਨੂੰ ਅਸੀਂ ਪੰਜਾਬ ਆਉਣ ਦਾ ਸੱਦਾ ਦਿੱਤਾ ਅਤੇ ਉਹਨਾਂ ਨੇ ਵੀ ਇੰਟਰਸਟ ਦਿਖਾਇਆ ਕਿ ਅਸੀਂ ਇੰਡੀਆ ਦੇ ਵਿੱਚ ਆਉਣਾ ਚਾਹੁੰਦੇ ਹਾਂ। ਪੰਜਾਬ ਦਾ ਅਸੀਂ ਪੱਖ ਇੱਥੇ ਰੱਖਿਆ ਅਤੇ ਪੰਜਾਬ ਦਾ ਜਿਹੜਾ ਐਟਮੋਸਫੀਅਰ ਹੈ, ਪੰਜਾਬ ਦਾ ਵਰਕ ਕਲਚਰ ਹੈ, ਪੰਜਾਬ ਦਾ ਜਿਹੜਾ ਕਲਚਰਲ ਜਿਹੜਾ ਉਹ ਹੈ, ਪੰਜਾਬ ਇੱਕ ਐਗਰੇਰੀਅਨ ਸਟੇਟ ਹੈ, ਪੰਜਾਬ 'ਚ ਇੰਡਸਟਰੀ ਵੀ ਆਵੇ। ਸੋ ਸਭ ਕੁਛ ਅੱਜ ਕੱਲ੍ਹ ਜਿਹੜੀ ਐਗਰੀਕਲਚਰ ਉਹ ਵੀ ਬਹੁਤ ਵੱਡੀ ਇੰਡਸਟਰੀ ਬਣ ਰਹੀ ਹੈ ਅਤੇ ਉਹ ਸਾਰਿਆਂ ਨੇ ਬਹੁਤ ਸਾਰਾ ਇੰਟਰਸਟ ਦਿਖਾਇਆ। ਬਾਕੀ ਸਾਰੇ ਵੇਰਵੇ ਆਉਣ ਵਾਲੇ ਦਿਨਾਂ 'ਚ ਅਸੀਂ ਤੁਹਾਨੂੰ ਦੱਸਦੇ ਰਹਾਂਗੇ। ਬਹਿਰਹਾਲ ਸੀਐਮ ਮਾਨ ਦੀ ਦਲੀਲ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਕੰਪਨੀਆਂ ਬਾਰੇ ਵੀ ਪੰਜਾਬ ਨੂੰ ਜਾਣੂ ਕਰਾਉਣਗੇ ਅਤੇ ਸਰਕਾਰ ਦਾ ਮੁੱਖ ਟੀਚਾ ਪੰਜਾਬ ਦੇ ਵਿੱਚ ਰੋਜ਼ਗਾਰ ਨੂੰ ਵਧਾਉਣਾ ਹੈ। ਨਿਊਜ਼ ਡੈਸਕ ਰਿਪੋਰਟ, ਜ਼ੀ ਮੀਡੀਆ।